पिछले दिन एडमिंटन शहर के वाइट रॉक लैंडस्केपिंग वाले वालों अपने बिजनेस की ग्रैंड ओपनिंग रखी गई। इस मौके पर एडमिंटन शहर के मेयर श्री स्टीफन मैंडल ते वार्ड नंबर 6 तो पंजाबी भाईचारे के कौंसलर श्री अमरजीत सोही उच्चे तौर पर पहुंचे। असी वतन टीवी की पूरी टीम वालों वाइट रॉक लैंडस्केपिंग वालों बधाई भेजते हैं। सो वी नीड टू मेक श्योर वी एनकरेज बिजनेस टेक इट्स मेनी रोड ब्लॉक्स आउट ऑफ द वे सो इट कैन बी सक्सेसफुल। अनफॉर्चुनेट गवर्नमेंट by its very nature puts too many roadblocks in the way, but I think your community is one that perseveres, that's been greatly successful, that is a remarkable success story, as it seems that in the back is being developed as well. So congratulate all of you. ਅਸੀਂ ਜੀ ਜਿਹੜਾ ਲੈਂਡਸਕੇਪਿੰਗ ਯਾਰਡ ਖੋਲਿਆ ਇਹਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਲੋਕਾਂ ਨੇ ਲੈਂਡਸਕੇਪਿੰਗ ਕਰਨੀ ਹੁੰਦੀ ਆ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਸਪਲਾਈਜ਼ ਵੇਚਦੇ ਆ ਤੇ ਸਾਡੇ ਕੋਲੇ ਬਹੁਤ ਹੀ ਕਿਸਮ ਦਾ ਸਮਾਨ ਹੈਗਾ ਜਿਹੜਾ ਕਿ ਆਮ ਲੋਕ ਵਰਤਦੇ ਆਪਦੇ ਘਰਾਂ ਦੇ ਵਿੱਚ ਅਤੇ ਸਾਡੇ ਕੋਲ ਇੱਥੇ 4.5 ਏਕੜ ਏਕੜ ਜ਼ਮੀਨ ਹੈ ਇਹਦੇ ਵਿੱਚ ਅਸੀਂ ਇਹ ਸਾਰਾ ਕੁਛ ਕਾਲੀ ਮਿੱਟੀ ਵੀ ਬਣਾਉਂਦੇ ਹਾਂ ਕਲੇ ਵੀ ਵੇਚਦੇ ਹਾਂ ਸੜਕਾਂ 'ਤੇ ਪਾਉਣ ਵਾਲਾ ਮਟੀਰੀਅਲ ਵੀ ਵੇਚਦੇ ਹਾਂ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਸਮਾਨ ਹੈਗਾ ਸਾਡੇ ਕੋਲ ਜੀ ਇਹ ਲੈਂਡਸਕੇਪਿੰਗ ਯਾਰਡ ਆ ਜਿਹੜਾ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਲੋਕ ਘਰਾਂ ਦੇ ਵਿੱਚ ਆਪਣੇ ਗਾਰਡਨਾਂ ਦੇ ਵਿੱਚ ਜੇ ਲੈਂਡਸਕੇਪਿੰਗ ਕਰਦੇ ਆ ਤਾਂ ਉਹੋ ਜਿਹਾ ਸਮਾਨ ਸਭ ਤਰ੍ਹਾਂ ਦੀਆਂ ਰਾਕਾਂ ਕਲਰਡ ਰਾਕਾਂ ਅਤੇ ਲਾਵਾ ਦੂਜਾ ਬਾਰਕ ਮਲਚ ਸੀਡਰ ਮਲਚ ਅਤੇ ਬਾਕੀ ਜਿਹੜਾ ਤੁਸੀਂ ਲੈਂਡਸਕੇਪਿੰਗ ਵਾਸਤੇ ਟਾਪ ਸੋਇਲ ਵਗੈਰਾ ਜਿਹੜੀ ਅਸੀਂ ਆਪ ਬਣਾਉਂਦੇ ਹਾਂ ਇੱਥੇ ਅਤੇ ਰੋਜ਼ ਦੀ ਰੋਜ਼ ਬਣਾ ਕੇ ਹਰ ਰੋਜ਼ ਇੱਥੋਂ ਅਸੀਂ ਡਿਲੀਵਰ ਵੀ ਕਰਦੇ ਹਾਂ ਲੋਕ ਆਪ ਵੀ ਚੱਕ ਕੇ ਲਿਜਾ ਸਕਦੇ ਆ ਅਤੇ ਸਾਰੀ ਜਿਹੜੀ ਪ੍ਰੋਡਕਟ ਆ ਕੁਆਲਿਟੀ ਪ੍ਰੋਡਕਟ ਜਿਹੜੀ ਅਸੀਂ ਵੇਚਦੇ ਹਾਂ ਅਤੇ ਪ੍ਰਾਈਸਿਸ ਵਗੈਰਾ ਜਿਹੜੀਆਂ ਸਾਡੀਆਂ ਬੜੀਆਂ ਹੀ ਕੰਪੀਟੀਟਿਵ ਲੋਕਾਂ ਦੇ ਵਿੱਚ ਸਾਡੀਆਂ ਹੈਗੀਆਂ ਸਾਡੇ ਕੋਲ ਬਹੁਤ ਕਸਟਮਰ ਆਉਂਦੇ ਆ ਜਿਹੜੇ ਆ ਕੇ ਹਰ ਰੋਜ਼ ਕਹਿੰਦੇ ਆ ਕਿ ਸਾਡੀਆਂ ਪ੍ਰਾਈਸਿਸ ਵਗੈਰਾ ਬਹੁਤ ਵਧੀਆ ਹੈਗੀਆਂ। ਹਾਂਜੀ ਅਸੀਂ ਇੱਥੇ ਜਿਹੜੇ ਵੀ ਲੋਕ ਆਉਂਦੇ ਆ ਇਹ ਸਾਡੇ ਕੋਲ ਮਸ਼ੀਨਾਂ ਜਿਹੜੀਆਂ ਜਿਵੇਂ ਆ ਲੋਡਰ ਆ ਇਹ ਇੱਕ ਜਾੜ ਦੀ ਬਕਟ ਆ ਇਹਦੇ 'ਤੇ ਸਾਰਿਆਂ ਨੂੰ ਕਹਿੰਦੇ ਹਾਂ ਵੀ ਜਿਹਨੂੰ ਵੀ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਲੈਂਡਸਕੇਪਿੰਗ ਸਪਲਾਈਜ਼ ਵਾਸਤੇ ਤਾਂ ਅਸੀਂ ਸਾਨੂੰ ਫੋਨ ਕਰਨ ਸਾਡਾ ਫੋਨ ਹੈਗਾ 4696960 ਇੱਥੇ ਫੋਨ ਕਰਨ ਅਤੇ ਆਪਣਾ ਆਰਡਰ ਬੁੱਕ ਕਰਾਉਣ ਜਾਂ ਜੇ ਚੱਕ ਕੇ ਲੈ ਕੇ ਜਾਣਾ ਆਪ ਲਿਜਾ ਸਕਦੇ ਆ ਜੀ।